ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਇਹਨਾਂ ਦੇ ਇਕਲੌਤੇ ਬੇਟੇ ਦੀ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ। ਅਮਰੀਕਾ ਦੇ ਵਿੱਚ ਵਾਪਰੇ ਇਸ ਹਾਦਸੇ 'ਚ ਚਾਰ ਭੈਣਾਂ ਦਾ ਇਕਲੌਤਾ ਭਰਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਨੌਜਵਾਨ ਦਾ ਨਾਮ ਰੋਹਿਤ ਸ਼ਰਮਾ ਹੈ ਜੋ ਆਪਣੀਆਂ ਭੈਣਾਂ ਦਾ ਇਕਲੌਤਾ ਭਰਾ ਸੀ ਤੇ 2015 ਦੇ ਵਿੱਚ ਰੋਹਿਤ ਵਿਦੇਸ਼ ਗਿਆ ਸੀ ਤੇ ਕੰਮ ਤੋਂ ਵਾਪਸੀ ਵੇਲੇ ਇਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਨੌਜਵਾਨ ਰੋਹਿਤ ਸ਼ਰਮਾ ਨਵਾਂ ਸ਼ਹਿਰ ਦੇ ਤਹਿਸੀਲ ਬੰਗਾ ਦਾ ਰਹਿਣ ਵਾਲਾ ਸੀ। ਇਸ ਮੌਕੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਜਿਸ ਦੀ ਉਮਰ ਮਹਿਜ਼ 25 ਸਾਲ ਦੀ ਹੀ ਸੀ ਉਹ 2015 ਦੇ ਵਿੱਚ ਆਸਟ੍ਰੇਲੀਆ ਗਿਆ ਅਤੇ ਫਿਰ 2016 ਦੇ ਵਿੱਚ UK ਚਲਾ ਗਿਆ। ਉੱਥੇ 2022 ਦੇ ਵਿੱਚ ਉਹ ਕੈਨੇਡਾ ਅਤੇ 4 ਮਹੀਨੇ ਪਹਿਲਾਂ ਹੀ ਉਹ ਆਪਣੇ ਦੋਸਤ ਦੇ ਕੋਲ ਅਮਰੀਕਾ ਰਹਿਣ ਵਾਲੇ ਸੁਰਿੰਦਰ ਕੁਮਾਰ ਦੇ ਕੋਲ ਚਲਾ ਗਿਆ। ਮ੍ਰਿਤਕ ਦੇ ਦੋਸਤ ਸੁਰਿੰਦਰ ਕੁਮਾਰ ਨੇ ਹੀ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਕੰਮ ਤੋਂ ਵਾਪਸੀ ਵੇਲੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਹੁਣ ਇਹ ਰੋਂਦਾ ਕਰਲਾਉਂਦਾ ਪਰਿਵਾਰ ਆਪਣੇ ਮ੍ਰਿਤਕ ਬੇਟੇ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਗੁਹਾਰ ਲਗਾਉਂਦਾ ਨਜ਼ਰ ਆ ਰਿਹਾ ਹੈ। ਬਹੁਤ ਬੁਰਾ ਸੰਬੰਧ ਰਿਹਾ, ਜਿਸ ਤਰ੍ਹਾਂ ਦੋਸਤਾਂ ਦਾ, ਮਿੱਤਰਾਂ ਦਾ, ਰਿਸ਼ਤੇਦਾਰਾਂ ਦਾ, ਇੱਕ ਦੂਜੇ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਾਂਝੀ ਵਾਲਤਾ ਦਾ ਸਾਡਾ ਪਹਿਲਾਂ ਕੋਈ ਸੰਦੇਸ਼ ਰਿਹਾ ਤਾਂ ਇੱਕ ਰਹੇ ਹਾਂ ਪਹਿਲਾਂ ਤੋਂ। ਆਹ ਜਿਹੜਾ ਹੁਣ ਭਾਣਾ ਵਰਤਿਆ ਵੀਰਵਾਰ ਰਾਤ ਨੂੰ ਇਹਨਾਂ ਨੇ ਮੈਨੂੰ ਸਵੇਰ ਨੂੰ ਫੋਨ ਕੀਤਾ 5:30 ਵਜੇ, ਉਦੋਂ ਮੈਂ ਯੋਗਾ ਦੀ ਕਲਾਸ ਅਟੈਂਡ ਕਰਨ ਗਿਆ ਸੀ। ਜਦੋਂ ਵਾਪਸ ਆਇਆ ਤਾਂ ਮੈਂ ਦੇਖਿਆ ਇਹਦਾ ਫੋਨ ਆਇਆ, ਤਾਂ ਉਸੇ ਸਮੇਂ ਕੈਨੇਡਾ ਤੋਂ ਸਾਡੀ ਮਾਸੀ ਦਾ ਲੜਕਾ ਆਇਆ, ਇਹਨਾਂ ਦੀ ਭੂਆ ਦਾ ਲੜਕਾ। ਹੁਣ ਮੈਨੂੰ ਜਦੋਂ ਹਜੇ ਫੋਨ ਹੀ ਕੀਤਾ, ਮੈਂ ਕਿਹਾ ਜਿਹੜਾ ਰਾਮ ਮੂਰਤੀ ਦਾ ਫੋਨ ਆਇਆ, ਇਹਦਾ ਫੋਨ ਆਇਆ, ਇਹ ਤਾਂ ਕੋਈ ਵੱਡੀ ਘਟਨਾ ਵਾਪਰ ਚੁੱਕੀ ਹੈ। ਉਸੇ ਵੇਲੇ ਫਿਰ ਉਹਨਾਂ ਨੂੰ ਦੇਖ ਗਿਆ ਵੀ ਨਹਿਰੂ ਹਿੱਤ ਜਿਹੜਾ ਉਹ ਸਭ ਤੋਂ ਦੂਰ ਚਲਾ। ਇਹ 4 ਗੁੱਡੀਆਂ ਤੋਂ ਬਾਅਦ ਹੋਇਆ ਸੀ, ਸਭ ਤੋਂ ਛੋਟਾ ਸੀ। ਪਲੱਸ ਮੈਰਿਜ ਆਪਾਂ ਇਹ ਕਹਿ ਸਕਦੇ ਵੀ ਸਪੋਜ ਦੇ ਨਾਲ ਅਸੀਂ ਐਜ ਏ ਸਪੋਜ ਕੈਨੇਡਾ ਗਿਆ ਸੀ, ਤਾਂ ਵਿਆਹ ਜਿਹੜਾ ਸੀ ਉਹ ਨਹੀਂ ਸੀ ਤੁਰ ਚੜਿਆ, ਤਾਂ ਉਹਦੇ ਕਰਕੇ ਜਿਹੜਾ ਨੰਬਰ ਵਗੈਰਾ ਪੁਆਇੰਟਾਂ ਦੇ ਵਿੱਚ ਵੀ ਸਾਨੂੰ ਸੁਣਾਈ ਆ ਰਹੇ ਸੀ, ਜਿਹਦੇ ਕਰਕੇ ਅਮਰੀਕਾ ਜਾਣਾ। 25 ਸਾਲ ਦਾ ਸੀ, 4 ਅਕਤੂਬਰ 1998 ਦਾ ਜਨਮ ਸੀ। ਪਹਿਲਾਂ ਇੰਗਲੈਂਡ ਆਸਟ੍ਰੇਲੀਆ ਗਿਆ ਸੀਗਾ ਜੀ, ਆਸਟ੍ਰੇਲੀਆ ਤੋਂ ਵਾਪਸ ਆ ਗਿਆ ਸੀਗਾ 2.5 ਮਹੀਨਿਆਂ ਦੇ ਵਿੱਚ, ਅਤੇ 2016 ਦੇ ਵਿੱਚ ਇੰਗਲੈਂਡ ਚਲ ਗਿਆ। ਸਾਡੀ ਮਾਤਾ ਬਿਮਾਰ ਹੋ ਗਈ ਸੀ, ਉੱਥੇ ਆ ਗਿਆ ਸੀਗਾ ਵਾਪਸ ਜੀ ਉਹ, ਅਤੇ 2019 ਦੇ ਵਿੱਚ ਵਾਪਸ ਆ ਗਿਆ ਸੀਗਾ, 2022 ਦੇ ਵਿੱਚ ਕੈਨੇਡਾ ਚਲ ਗਿਆ। 2 ਸਾਲ ਰਹਿਣ ਤੋਂ ਬਾਅਦ ਵਿੱਚ 4 ਮਹੀਨੇ ਹੁਣ ਹੋ ਗਏ ਸੀ ਜੀ ਇੱਥੇ ਗਏ ਨੂੰ, ਕੰਮ ਤੋਂ ਵਾਪਸ ਆ ਰਿਹਾ ਸੀਗਾ, ਫਿਰ ਉਹਦਾ ਐਕਸੀਡੈਂਟ ਹੋ ਗਿਆ ਸਕੂਟਰ 'ਤੇ। ਸਾਡਾ ਦੋਸਤ ਹੈ ਚੰਦਰਪਾਲ, ਉਹਨੇ ਫੋਨ ਸਾਨੂੰ ਦਿੱਤਾ ਜੀ, ਐਕਸੀਡੈਂਟ ਹੋ ਗਿਆ, ਉਹਨਾਂ ਤੋਂ ਪਤਾ ਲੱਗਾ ਸੀ। ਹੁਣ ਜਿਹੜੀ ਉਹਦੀ ਮ੍ਰਿਤਕ ਦੇ ਆ, ਉਹ ਕਿਹਾ ਕਿਸੇ ਨੂੰ ਸਰਕਾਰ ਲਈ ਕਿਹਾ ਕਿ ਲਿਆਉਣ ਲਈ ਜਾ ਕੇ ਮਿੱਤਰਾਂ ਸੱਜਣਾ ਦੇ ਸਹਿਯੋਗ ਨਾਲ ਲਿਆਉਣ ਲਈ? ਨਹੀਂ, ਉੱਥੇ ਸਾਡੀ ਗੁੱਡੀ ਪ੍ਰਾਹੁਣਾ, ਸਾਡੇ ਭੂਆ ਦਾ ਮੁੰਡਾ, ਸਾਡੇ ਰਿਸ਼ਤੇਦਾਰ ਹੋਰ ਚਲੇ ਗਏ, ਉੱਥੇ ਪਹੁੰਚ ਗਏ ਆ। ਪਹੁੰਚਣ ਤੋਂ ਬਾਅਦ ਉਹਨੂੰ ਬੋਡੀ ਹਸਪਤਾਲ ਦੇਖੀ ਸੀ, ਤਾਂ ਉਹਨਾਂ ਨੇ ਹਰ ਟਾਈਮ ਦਿੱਤਾ ਸੀ ਮੇਰੇ ਦਾ, ਉੱਥੇ ਅੱਜ ਮੰਗਲਵਾਰ
ਸ਼ਾਮ ਨੂੰ 10:30 ਤੋਂ 1 ਵਜੇ ਤੱਕ ਸੰਸਕਾਰ ਉੱਥੇ ਹੋਣਾ ਹਾਂਜੀ।